1947 ਤੋਂ ਬਾਅਦ ਮਨੁੱਖੀ ਵਿਕਾਸ ਦੇ ਜਿੰਨੇ ਆਪਾਂ ਮੰਨਦੇ ਹਾਂ ਕਿ ਵੀ ਆਹ ਪੈਮਾਨੇ ਨੇ, ਉਹਦੇ ਵਿੱਚ ਸਿਹਤ ਦਾ ਮਾਮਲਾ ਹੋਵੇ, ਉਹਦੇ ਵਿੱਚ ਸਿੱਖਿਆ ਦਾ ਮਾਮਲਾ ਹੋਵੇ, ਉਹਦੇ ਵਿੱਚ ਜਿਹੜਾ ਇੱਕ ਜੀ ਦੀ ਆਮਦਨ ਦੇ ਵਧਣ ਦਾ ਮਾਮਲਾ ਹੋਵੇ, ਉਹ ਸਾਰਿਆਂ ਦੇ ਵਿੱਚ ਜਿਹੜੀ ਹੈਗੀ ਆ ਉਹ ਤਰੱਕੀ ਦਰਜ ਕੀਤੀ ਗਈ ਆ। ਜਿਹੜੀ ਉਮਰ ਹੈ ਉਹ ਮਨੁੱਖ ਦੀ ਵਧੀ ਹੈ, ਜਿਹੜੀ ਉਹਦੀ ਪ੍ਰਤੀ ਵਿਅਕਤੀ ਆਮਦਨ ਹੈਗੀ ਹੈ ਉਹ ਜਿਹੜੀ ਵਧੀ ਹੈ। ਇਸ ਜਿਹੜਾ ਮੁਲਕ ਦੇ ਵਿੱਚ ਜਿਹੜੀ ਸਿੱਖਿਆ ਦਾ ਉਹ ਪਸਾਰ ਵਧਿਆ, ਇਹਨੂੰ ਤੁਸੀਂ ਕੀ ਕਹੇਂਗੇ? ਦੇਖੋ, ਸਿੱਖਿਆ ਦਾ ਪਸਾਰਾ ਜਿਸ ਹਿਸਾਬ ਨਾਲ ਵਧਣਾ ਚਾਹੀਦਾ ਸੀ, ਜਿਸ ਹਿਸਾਬ ਨਾਲ ਆਬਾਦੀ ਵਧੀ ਹੈ, ਉਸ ਹਿਸਾਬ ਨਾਲ ਹੀ ਸਿਰਫ ਆਪਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਆਪਦੇ ਸਿਸਟਮ ਨੂੰ ਚਲਾਉਣ ਵਾਸਤੇ ਕਹਿ ਲਓ ਵੀ ਮਾਹਰਾਂ ਦੀ ਲੋੜ ਸੀ, ਉਹ ਮਾਹਰ ਪੈਦਾ ਕਰਨ ਵਾਸਤੇ। ਜਦੋਂ ਹੁਣ ਦੇਖਿਆ ਵੀ ਇਹ ਜਿਹੜਾ ਸਿਸਟਮ ਅਸੀਂ ਪਹਿਲਾਂ, ਕਿਉਂਕਿ ਉਹਨਾਂ ਨੂੰ ਲੋੜ ਸੀ ਵਿੱਦਿਆ ਦਾ ਕੌਮੀਕਰਨ ਕੀਤਾ, ਇਲਾਜ ਦਾ ਕੌਮੀਕਰਨ ਕੀਤਾ, ਉਸ ਵੇਲੇ ਉਹਨਾਂ ਨੂੰ ਲੋੜ ਉਹ ਕੌਮੀ ਮੁਕਤੀ ਲਹਿਰ ਦਾ ਜ਼ੋਰ ਵੀ ਸੀ ਉਹਦੇ ਵਿੱਚ, ਉਹ ਕੌਮੀ ਮੁਕਤੀ ਲਹਿਰ ਦਾ ਦਬਾਅ ਸੀ ਪਹਿਲਾਂ ਵਾਲਾ ਜੀ, ਜਿਹੜੀ ਲਗਾਤਾਰ ਫਿਰ ਉਦੋਂ ਮਗਰੋਂ ਵੀ, ਆਹ ਖਾਸ ਕਰਕੇ ਜ਼ਮੀਨਾਂ ਵਾਲੀ ਲਹਿਰ ਤਾਂ 47 ਤੋਂ ਮਗਰੋਂ ਵੀ ਚੱਲਦੀ ਰਹੀ ਹੈ, ਜਿਹਦੇ ਕਰਕੇ ਸਰਕਾਰ ਨੂੰ ਉਹ ਜ਼ਮੀਨੀ ਸੁਧਾਰ ਕਾਨੂੰਨ, ਹੱਦਬੰਦੀ ਕਾਨੂੰਨ ਬਣਾਉਣਾ ਪਿਆ ਜੀ। ਉਹਨਾਂ ਦਬਾਵਾਂ ਕਰਕੇ ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਅਤੇ ਆਪਦੀਆਂ ਲੋੜਾਂ 'ਚੋਂ ਇਹ ਕੇਰਾਂ ਸਿੱਖਿਆ ਦਾ ਪਸਾਰਾ ਕਰਤਾ। ਪਰ ਆ ਜਦੋਂ ਤੋਂ ਆ ਨਵੀਆਂ ਆਰਥਿਕ ਨੀਤੀਆਂ, ਨਵੀਆਂ ਸਿੱਖਿਆ ਨੀਤੀਆਂ ਲਾਗੂ ਹੋ ਗਈਆਂ, ਇਹ ਆਮ ਗਰੀਬ ਕਿਸਾਨਾਂ ਮਜ਼ਦੂਰਾਂ ਕੋਲੋਂ ਸਿੱਖਿਆ ਦਾ ਹੱਕ ਖੋਹ ਲਿਆ, ਇਲਾਜ ਦਾ ਹੱਕ ਖੋਹ ਲਿਆ। ਕਿਉਂਕਿ ਜਿਹੜੇ ਢੰਗ ਨਾਲ ਨਿੱਜੀਕਰਨ ਕੀਤਾ ਜਾ ਚੁੱਕਿਆ ਇਸ ਵੇਲੇ ਸਿੱਖਿਆ ਦਾ, ਸਰਕਾਰੀ ਸਕੂਲਾਂ 'ਚ ਭਰਤੀ ਬੰਦ ਹੈ, ਜੇ ਕੋਈ ਕਰਨੀ ਵੀ ਹੈ ਤਾਂ ਉਹ 2-4 ਸੌ, 1000-2000 ਤਨਖਾਹ 'ਤੇ, ਉਹ ਕੀ ਕਰਦੇ ਉਹ ਵਿਚਾਰੇ ਅੰਦੋਲਨਾਂ 'ਚ ਹੀ ਰਹਿੰਦੇ ਆ, ਉਹ ਬੇਰੁਜ਼ਗਾਰ ਅਧਿਆਪਕ, ਕੱਚੇ ਅਧਿਆਪਕ, ਉਹ ਕਿੱਥੋਂ ਪੂਰਾ ਮਨ ਤਨ ਲਾ ਕੇ ਪੜ੍ਹਾ ਲੈਣਗੇ ਉਹ, ਜਦੋਂ ਉਹਨਾਂ ਦੇ ਤਾਂ ਆਪਦੀਆਂ ਕਬੀਲਦਾਰੀਆਂ ਨੇ ਚੱਲਦੀਆਂ। ਇਹ ਜਿਹੜੀ ਨੀਤੀਆਂ ਲੈਂਦੀਆਂ ਇਹਨਾਂ ਨੇ, ਜਾਣੀ ਭਾਵੇਂ ਪਸਾਰਾ ਲੱਖ ਉਹ ਅੰਕੜੇ ਦੇਈ ਜਾਣ ਵੀ ਵਿੱਦਿਆ 'ਚ ਇੰਨਾ ਪਸਾਰਾ ਹੋ ਗਿਆ, ਇਲਾਜ 'ਚ ਇੰਨਾ ਪਸਾਰਾ ਹੋ ਗਿਆ, ਪਰ ਅੱਜ ਵੀ ਇਲਾਜ ਖੋਣੋਂ ਲੱਖਾਂ ਮੌਤਾਂ ਹਰ ਸਾਲ ਹੁੰਦੀਆਂ, ਅੱਜ ਵੀ ਕਰੋੜਾਂ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਕਾਲਜਾਂ 'ਚ ਵਿੱਦਿਆ ਨਾ ਲੈ ਸਕਣ ਕਰਕੇ, ਖਰਚੇ ਨਾ ਝੱਲ ਸਕਣ ਕਰਕੇ ਘਰਾਂ ਨੂੰ ਜਾਂਦੇ ਆ, ਉਹ ਵਿੱਦਿਆ ਤੋਂ ਵਾਂਝੇ ਹੋ ਗਏ। ਇਸੇ ਤਰ੍ਹਾਂ ਆਹ ਬਿਜਲੀ ਬਿੱਲ ਜਿਹੜਾ ਲਿਆਂਦਾ, ਇਹਦੇ ਨਾਲ ਤਾਂ ਜਮ੍ਹਾਂ ਹੀ ਉਹ ਹੱਕ ਖੋਇਆ ਜਾਣਾ। ਵੈਸੇ ਪਹਿਲਾਂ ਵੀ ਜਿਹੜੇ ਆਹ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀਆਂ ਲੈ ਕੇ ਦੇਣ ਦੇ ਸਮਝੌਤੇ ਆ ਜਿਹੜੇ, ਉਹਨਾਂ ਨੇ ਇੰਨੀ ਮਹਿੰਗੀ ਕਰਤੀ ਵੀ ਆਮ ਲੋਕ ਵਰਤ ਨਹੀਂ ਸਕਦੇ। ਹੁਣ ਜਿਹੜਾ ਹਾਲਤ ਬਣੀ, ਤੁਸੀਂ ਬਹੁਤ ਸਾਰੀ ਗੱਲ ਜਿਹੜੀ ਹੈਗੀ ਹੈ ਉਹ ਆਪਣੇ ਭਾਸ਼ਣਾਂ ਦੇ ਵਿੱਚ